ਆਸਟ੍ਰੇਲੀਆ ਵਾਲਿਓ ਬਹੁਤ ਜ਼ਰੂਰੀ ਕੰਮ ਆ ਬਾਬੇ, ਬਹੁਤ ਜ਼ਰੂਰੀ ਕੰਮ ਕਰਨਾ ਬ੍ਰਿਸਬੇਨ 'ਚ। ਕੰਮ ਚਾਹੀਦਾ ਸਾਡੇ ਯਾਰ ਨੂੰ, ਉਹਨੂੰ ਕੰਮ ਦਵਾਓ ਜਿਵੇਂ ਮਰਜ਼ੀ ਕਰੋ। ਕਿਵੇਂ ਮਰਜ਼ੀ ਕਰੋ, ਕੰਮ ਦਵਾਉਣਾ ਉਹਨੂੰ 22 ਬਣ ਕੇ, 72 ਘੰਟੇ ਦੇ ਵਿੱਚ ਵਿੱਚ ਮੈਂ ਨੰਬਰ ਪਾਉਣਾ ਹੈ ਅਤੇ 22 ਬਣ ਕੇ ਜ਼ਰੂਰ ਹੈਲਪ ਕਰਨੀ ਹੈ। ਆਸਟ੍ਰੇਲੀਆ ਕਿਹੜਾ ਸੀ? ਬ੍ਰਿਸਬੇਨ। ਬ੍ਰਿਸਬੇਨ ਵਾਲੇ ਪੈਰੋ ਸਾਡਾ ਯਾਰ ਦੀਪ ਮਾਹਲ ਡੰਗਰ ਡਾਕਟਰ ਸਾਡੇ ਨਾਲ ਆਇਆ ਬਾਬੇ। ਉਹ ਮੈਂ ਆਈ ਡੀ ਟੈਗ ਕਰਦਾ, ਜੇ ਡੰਗਰ ਡਾਕਟਰ ਦੀ ਕਿਸੇ ਨੇ ਲੈਣੀ ਹੈ ਤਾਂ ਦੇ ਦਿੰਦਾ, ਟੀਕੇ ਵੀ ਲਾਉਂਦਾ ਬੰਦੇ ਦੇ ਤੇ ਬੰਦੇ ਨੂੰ ਪੂਰਾ ਚਾਰਜ ਕਰਕੇ ਫੇਰ ਦਿੰਦਾ। ਹਾਂ ਚੈੱਕ ਕਰ ਲਓ, ਪੂਰਾ ਚਾਲੂ ਮਾਲ ਹੈ ਬਾਬੇ। ਉਹ ਸਾਡਾ ਯਾਰ ਕੁਲਵੀਰ ਸੇਖਾ ਤੀਵੀਆਂ ਦਾ ਯਾਰ, ਯਾਰ ਤੀਵੀਆਂ ਦਾ ਯਾਰ, ਇੰਨਾ ਅੱਤ ਬੰਦਾ ਹੈ, ਕੁੜੀ ਨੂੰ ਐ ਭਮਾ ਦਿੰਦਾ ਐ ਐ ਭਮਾ ਦਿੰਦਾ। ਵਿਆਹ ਤੇ ਬਾਗੇ ਅੰਕਲ ਕਹਿੰਦਾ ਗੈਟ ਆਊਟ ਹੋ ਜਾ, ਕਹੋ ਕਹੋ ਭੈਣ ਚੋ ਨੂੰ ਭੇਜਦਾ ਆਟੀ ਉਬਾਲ ਕੇ ਖਾਵੇਦਾ ਯਾਰ ਮੁੱਛਾ ਬੰਦਾ ਮੁੱਛਾ ਚ ਹੱਸਦਾ ਹੈ, ਇੰਨਾ ਕਬੀਆ ਬਚੋ ਬਚੋ ਭੈਣ ਚੋ। ਤੀਵੀਆਂ ਦਾ ਯਾਰ, ਤੀਵੀਆਂ ਦਾ ਯਾਰ, ਸਾਰੀ ਦੁਨੀਆ ਤੀਵੀਆਂ ਤੋਂ ਡਰਦੀ ਹੈ, ਤੀਵੀਆਂ ਤੋਂ ਸਟੋਰੀ ਨਹੀਂ ਪਾਉਂਦੇ, ਪੱਦ ਮਾਰ ਕੇ ਵੀ ਕੁੜੀਆਂ ਨਾ ਭੱਜਣ। ਉਹ ਭੈਣ ਚੋ ਤੁਸੀਂ ਖੁੱਲ ਕੇ ਪੱਦ ਮਾਰੋ, ਗਾਲ ਨੀ ਕੱਢਦੇ ਵੀ ਕੁੜੀਆਂ ਸਟੋਰੀਆਂ ਦੇਖਦੇ ਨੇ ਵੀ ਇੱਕ ਅੱਧੀ ਫਸਣੀ ਉਹ ਵੀ ਨੀ ਫਸਣੀ। ਸੰਤ ਨੀ ਡਰਦੇ, ਸੰਤ ਨੀ ਡਰਦੇ ਕਿਸੇ ਕੁੜੀ ਤੋਂ, ਖੁੱਲ ਕੇ ਪੱਦ ਮਾਰਨਗੇ ਸੰਤ। ਕਿਉਂ ਕਾਰਨ ਕੀ ਹੈ? ਕਿਉਂ ਉਹਨਾਂ ਦੀ ਸੇਲੀ ਦੀ ਹੈਗੀ ਸੰਤ ਵਰਦਨ, ਜੇ ਕਹੇ ਮਾਰਨੀ ਤਾਂ ਸੁੱਕ ਤਾਂ ਸਕਦੇ ਹੋ, ਜਿਵੇਂ ਬਾਈ ਜਨ ਵਾਸਤੇ ਤਾਂ ਸੁੱਕੀ ਜਾ ਪਿਆ। ਸੰਤਾਂ ਦਾ ਕੰਮ ਕੀ ਹੈ? ਸੰਤ ਕਿਸੇ ਤੋਂ ਨੀ ਡਰਦੇ, ਨਾ ਸਾਨੂੰ ਸਹੇਲੀਆਂ ਦੀ ਲੋੜ ਹੈ ਨਾ ਕਿਸੇ ਹੋਰ। ਸੰਤ ਖੁੱਲ ਕੇ ਪੱਤ ਮਾਰਾਂਗੇ ਸਟੋਰੀ ਚ, ਆਈ ਫੇਰ ਯਾਰਾਂ ਦੀ ਲੋੜ ਹੈ ਜਿਹੜੇ ਪੱਤ ਸੁਣ ਸਕਣ ਸਾਡਾ। ਸੁੰਘਣ ਮੇਰੇ ਯਾਰ, ਮੇਰੇ ਪੱਤ ਸੁੰਘਦੇ ਨੇ ਮੈਨੂੰ ਬਹੁਤ ਵਧੀਆ ਲੱਗਦੇ ਨੇ। ਸੰਤਾਂ ਨੇ ਅਲਾਰਮ ਜਿਆਦਾ ਫੜੋ, ਗੁੱਡ ਮਾਰਨਿੰਗ ਚੰਡੀਗੜ੍ਹ ਵਾਲਿਓ, ਚੰਡੀਗੜ੍ਹ 'ਚ ਤਬਾਹੀ ਠਾ ਦਾਂਗੇ, ਤਬਾਹੀ ਫੈਰ। ਬਾਬਿਓ ਅੱਜ ਧਰਨਾ, ਕਿਸਾਨ ਯੂਨੀਅਨ ਦਾ ਧਰਨਾ, ਸੀਐਮ ਦੀ ਕੋਠੀ ਦਾ ਘਰਾ ਕਰਨਾ ਹੈ, ਅੰਬ ਸਾਹਿਬ ਗੁਰਦੁਆਰੇ ਤੋਂ ਉਦਘਾਟਨ ਕਰਾਂਗੇ, ਸਾਰੇ ਪੰਜਾਬ ਦੇ ਕੁੱਤੇ ਬਿੱਲੇ ਜਾਨਵਰ ਛੱਡਣੇ ਆ, ਕਿਉਂਕਿ ਭੈਣ ਚੋਦ ਦਾ ਕੋਈ ਅਰੇਂਜਮੈਂਟ ਨਹੀਂ ਕਰ ਰਹੀ ਸਰਕਾਰ। ਬਿਜਲੀ ਦੇ ਬਿੱਲਾਂ ਦੇ ਵਿੱਚ ਆਪਣੇ ਤੋਂ ਖਰਚਾ ਕੱਟੀ ਜਾਂਦੀ ਹੈ ਵੀ ਪਸ਼ੂਆਂ ਲਈ ਬਹੁ ਟੈਕਸ ਲੈਂਦੀ ਹੈ, ਪਰ ਉਹਨਾਂ ਦੇ ਸੰਭਾਲ ਨਹੀਂ ਕਰ ਰਹੀ, ਉਹਦੇ ਲਈ ਅਸੀਂ ਸਪੈਸ਼ਲ ਆਏ ਹਾਂ। ਅੱਜ ਸਾਡਾ ਧਰਨਾ ਹੈ, ਅੱਜ ਸਾਡੇ ਨਾਲ ਇੰਦਰ ਕੈਲ ਸਿੰਗਰ ਅਸੀਂ ਹੱਲ ਕਰਾਂਗੇ ਸਾਰਾ। ਦੀਪ ਚੈਲ ਸਿੰਗਰ ਬੈਠੇ ਨੇ ਜਿਹਨਾਂ ਨੇ ਗਾਣਾ ਕਿਹੜਾ ਗਿਆ ਸੀ ਆਪਣਾ, ਜਿਨ੍ਹਾਂ ਦੇ ਹੋਰ ਵੀ ਬਹੁਤ ਇਹਨਾਂ ਦੇ ਹੋਰ ਵੀ ਬਹੁਤ ਅੱਤ ਗਾਣੇ ਆ ਰਹੇ ਨੇ ਅਸੀਂ ਸਿੰਗਲ ਟਰੈਕ ਗਾਣੇ ਤਾਂ ਬਹੁਤ ਪੱਪੀ ਦੇ ਲੱਭਿਆ ਓਏ। ਹਾਂ ਰੀਅਲ ਜੂਸ ਪਿਆ ਕੇ ਲੈ, ਰੀਅਲ ਜੂਸ ਤੈਨੂੰ ਮੈਂ ਰੀਅਲ ਨਹੀਂ ਕਾਕਾ, ਮੈਂ ਤੈਨੂੰ ਸਪੂਨ ਪਿਆਉ ਮਿਕਸ ਜੂਸ, ਮੈਨੂੰ ਪਤਾ ਤੇਰੀ એનર્ਜੀ ਬਹੁਤ ਘੱਟ ਹੋਈ ਹੈ, એનર્ਜੀ ਮੇਰੀ ਡਾਊਨ ਹੋ ਗਈ, ਚੰਡੀਗੜ੍ਹ ਆ ਕੇ ਮੇਰਾ ਵਜ਼ਨ ਘਟਣ ਲੱਗ ਗਿਆ। ਮੈਨੂੰ ਪਤਾ ਹੈ ਕਿ ਘਟਦਾ, ਚੱਲ ਕੋਈ ਗੱਲ ਨਹੀਂ ਆਪਾਂ ਆਪਣੇ ਜੀ ਰੱਖਾਂਗੇ, ਬਸ ਠੀਕ ਹੈ। ਹਾਂ ਹੁਣ ਤੈਨੂੰ ਉਹ ਸਾਹਮਣੇ ਦਿੰਦੇ ਨਾ, ਠੀਕ ਹੈ, ਉਹ ਜੂਸ ਬਹੁਤ ਖਰਾਬ ਬਣਾ ਕੇ ਦਿੰਦਾ, ਲਿਆ ਚੱਲ ਸਾਰਾ ਕੁਝ ਵਿੱਚ ਪਵਾ ਕੇ ਉਹਦੇ ਤੈਨੂੰ ਫੇਰ ਦੇ ਦੇਣਾ, ਫੇਰ ਦੇਖ ਘੋੜੇ ਵਾਲਾ। ਭਗਤਾ ਸੰਤਾਂ ਨੂੰ ਜੂਸ ਪਿਆ, ਤੂੰ ਖਾ ਤਾ ਮੈਂ ਕਾਕਾ, ਭਗਤਾ ਸਿੱਧਾ ਸੱਚਖੰਡ ਤੇ ਆਏਗਾ, ਸਿੱਧਾ ਸੱਚਖੰਡ ਤੋਂ ਬਾਈ ਕੰਗ ਮੰਨ ਗਏ, ਕੰਗ ਨਾਲ ਯਾਰ ਕੰਗ ਹੈ ਨੀ ਸਭ ਤੋਂ ਟੌਪ ਤੇ ਕਰਵੀਰ, ਦੂਜੇ ਦਾ ਕੰਗ। ਅੱਜ ਵਿਆਹ ਦੀ ਪਾਰਟੀ ਦੇ ਭੈਣ ਚੋ ਬਹੁਤ ਦੂਰੋਂ ਦੂਰੋਂ ਲਗਾਉਣ ਪਹੁੰਚੀ ਆ, ਸਗਣ ਪੈ ਚੁੱਕਿਆ ਅੱਜ ਭੈਣ ਚੋ ਦੋ ਬਹੁਤ ਦੂਰੋਂ ਦੂਰੋਂ ਲਗਾਉਣ ਆਈ ਹੈ, ਬਹੁਤ ਦੂਰੋਂ ਦੂਰੋਂ ਤੁਸੀਂ ਦੇਖੀ ਜਾਓ, ਭੈਣ ਚੋ ਦਾ ਭਰਿਆ ਪਿਆ ਨਾ ਡਰ ਭਰਿਆ ਪਿਆ, ਭੈਣ ਚੋ ਦਾ ਕੈਂਪ ਦਾ ਤੂਲਾ ਪਿਆ, ਦੇਖੋ ਦੇਖੋ ਭੈਣ ਚੋ ਦੋ ਦੇਖੋ 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 ਮੋਹਿਤ ਕਿੱਧਰ ਗਿਆ, ਮੋਹਿਤ ਭੈਣ ਚੋ ਮੋਹਿਤ ਥੋੜੀ ਭੈਣ ਦਾ ਡਾਕ ਥੋੜੀ ਦਾ ਤੁਸੀਂ ਕਿਉਂ ਖਰੂ ਪਾਇਆ, ਭੈਣ ਚੋ ਦਾ ਮੋਹਿਤ ਭੈਣ ਦੇ ਡਾਕ ਹੋਏ ਛੋਟੀ ਦੇ, ਇੰਨਿਆਂ ਨੂੰ ਕਿਵੇਂ ਦੇਗਾ ਤੂੰ ਮੁੱਦੀ ਓਏ, ਭੈਣ ਚੋ ਤੋਂ ਗਊਸ਼ਾਲਾ ਬਣਾਤੀ ਵਾ, ਮੇਰਾ ਪਹਿਲਾ ਗੈਂਟ ਘਰ ਬਣਾਇਆ, ਮੇਰਾ ਸਿਕਿਉਰਿਟੀ ਗਾਰਡ ਕਿੱਥੇ ਆ, ਕੰਗ ਓਏ ਕੰਗ ਲੈ ਰਹੀ ਆ, ਬਾਬਿਓ ਅੱਜ ਕੋਠੀ ਪਲਟੂ, ਭੈਣ ਚੋ ਤੂੰ ਸੌਣ ਲੱਗੇ, ਕੋਠੀ ਪਲਟਣ ਦੇ ਫੁੱਲ ਚਾਂਸ ਨੇ, ਸਾਰੇ ਸੰਤ ਅੱਜ ਇਕੱਠੇ ਹੋ ਗਏ, ਅੱਜ ਰਾਵਣ ਹਵਨ ਹੈ, ਚਾਰ ਮਹਾਂਤਨੀਆਂ ਨੇ, ਖਾਲਸਾ ਪੰਥ
ਖਾੜੇ ਦੇ ਮਹੰਤ ਅੱਜ ਮੁੰਨਣ ਦੇ ਤਿੰਨ ਮਹੰਤ ਨੇ ਉਹਨਾਂ ਦੀਆਂ ਬਟ ਥੋੜੇ ਟਾਈਮ ਤੱਕ ਪ੍ਰੋਗਰਾਮ ਸ਼ੁਰੂ ਹੈ ਸਹੀ ਭਗਤਾ ਹਾਂ ਸੰਤਾਂ ਦਾ ਟੱਲ ਹਲਾ ਮਾਲਾ ਯਾਰ ਟੱਲ ਤੇਰਾ ਭਾਰੀ ਹੈ ਬਸਾਲ ਤੇ ਯਾਰ ਆ ਭਗਤਾ ਮੈਂ ਟੱਲੀ ਹਾਂ ਚਾਚਾ ਵਾਓ ਵਾਓ ਭਾਣ ਚੋਦਾ ਜੂਸ ਪੀਆ ਕਰ ਲੁੱਚੀ ਘੁੱਗੀ ਕੌਮ ਬਦਨਾਮ ਉਹ ਗੱਲ ਮੈਂ ਕਦੇ ਕਰਾ ਦੇਖਿਆ ਕਦੋਂ ਕਰਦਾ ਮੇਰਾ ਮੂੰਹ ਵੀ ਦੱਸਦਾ ਲੈ ਮੂੰਹ ਤਾਂ ਮੇਰਾ ਪੂਰਾ ਗੋਰਾ ਹੋ ਗਿਆ ਰੰਗ ਸਾਫ ਹੋ ਗਿਆ ਕੱਟੂ ਹੋ ਗਿਆ ਸਾਲਾ ਬੜਾ ਤੂੰ ਇਹ ਕੰਮ ਕਰਦਾ ਗਲਤ ਕੰਮ ਨਾ ਕਰ ਤੂੰ ਭੈਣ ਦਾ ਸੰਤ ਨਹੀਂ ਕਰਦੇ ਜੇ ਤੂੰ ਧਰੋ ਦਾ ਪਰਚਾ ਤੇਰੇ ਤੇ ਦਰਜ ਹੈ ਤੇਰੇ ਤੇ ਚੰਗਾ ਮੈਂ ਥੋੜੇ ਜਿਹੇ ਆਪਾਂ ਦੋਈਆਂ ਹੁੰਦਾ ਇੱਕ ਲੜਾ ਗੇਟ ਲਾ ਲਾ ਗੇਟ ਹੁੰਦਾ ਯਾਰ ਸਾਡੇ ਤਲਵੰਡੀ ਵਾਲੇ ਯਾਰ ਚੰਡੀਗੜ੍ਹ ਆ ਗਏ ਮੈਨੂੰ ਐਂ ਦੱਸੋ ਭਗਤੋ ਹਾਂਜੀ ਮੈਂ ਚੰਡੀਗੜ੍ਹ ਕਿਤੇ ਟੱਟੇ ਫੜ ਰਹੇ ਹੋਏ ਐਡੀ ਦੂਰ ਅਸੀਂ ਲੈਣ ਆਏ ਬਾਬਾ ਗਿੱਦੜ ਸਿੰਘ ਜੀ ਗਿੱਦੜ ਸਿੰਘ ਜੀ ਭਗਤ ਤੁਹਾਨੂੰ ਦਵਾਂਗੇ ਜਿਹੜੇ ਦੂਜੇ ਨਾਲ ਹੋਰ ਸੀ ਡਿਫਾਲਟਰ ਜੇ ਦੋ ਨਹੀਂ ਆਏ ਤੇ ਉਹ ਤਾਂ ਖਤਮ ਹੋ ਗਏ ਖਤਮ ਹੋ ਗਏ ਡਰ ਉਹਨੇ ਗਿੱਦੜ ਸਿੰਘ ਜੀ ਪਹਿਲਾਂ ਵੱਧ ਕੰਮ ਕਰ ਗਏ ਅੱਛਾ ਉਹਨਾਂ ਦੇ ਗਿੱਦੜ ਸਿੰਘ ਜੀ ਪੁੱਠੀ ਚੱਲ ਗਏ ਹੋਰ ਤੁਹਾਡਾ ਪੇ ਕਿਵੇਂ ਚੱਲਦਾ ਪੇ ਠੀਕ ਚੱਲਦਾ 50000 ਹੋ ਗਏ 50000 ਸਬਸਕ੍ਰਾਈਬਰ ਹੋ ਗਏ ਕੀ ਨਾਮ ਸੀ ਹੌਲੀ ਸਜਟ ਹੌਲੀ ਗੈਂਟ ਸਜਟ ਬਹੁਤ ਤਕੜਾ ਲਵਾ ਹੁਣ ਤੱਕਾ ਲਵਾ ਮੈਂ ਹੁਣ ਵੀਡੀਓ ਜੀ ਤੁਹਾਡੀ ਚ ਆ ਗਿਆ ਹਾਂ ਅੱਧਾ ਫਲੇਵਰ ਬਣ ਗਿਆ ਆਪਣਾ ਥੋੜਾ ਅੱਧਾ ਫਲੇਵਰ ਬਣ ਗਿਆ ਪੂਰਾ ਬਣਾਉਂਦਾ ਥੋੜਾ ਜੈਕ ਜਦੋਂ ਲਾਤਾ ਨਾ ਦੇਖੀ ਕੰਮ ਫਤਿਹ ਹੁੰਦਾ